ਤਰੰਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਤੋਂ ਬੀਐਸਐਫ ਦੀ 103 ਬਟਾਲੀਅਨ ਅਤੇ ਥਾਣਾ ਬਲਟੋਹਾ ਦੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਇੱਕ ਵਾਰ ਫਿਰ ਤੋਂ ਪਾਕਿਸਤਾਨ ਦੇ ਵੱਲੋਂ ਭੇਜੇ ਗਏ ਡਰੋਨ ਨੂੰ ਬਰਾਮਦ ਕੀਤਾ। ਦਰਅਸਲ ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਡਰੋਨ ਡਿੱਗਿਆ ਹੋਇਆ ਸੀ ਜਿਸ ਨੂੰ ਸਾਂਝੇ ਆਪਰੇਸ਼ਨ ਦੇ ਦੌਰਾਨ ਬੀਐਸਐਫ ਅਤੇ ਪੁਲਿਸ ਨੇ ਬਰਾਮਦ ਕੀਤਾ। ਜ਼ਿਕਰ ਯੋਗ ਹੈ ਕਿ ਬੀਐਸਐਫ ਨੂੰ ਰਾਤ ਨੂੰ ਵੀ ਕੁਝ ਹਰਕਤ ਹੋਣ ਦਾ ਜੋ ਹੈ ਉਹ ਸ਼ੱਕ ਹੋਇਆ ਸੀ ਜਿਸ ਤੋਂ ਬਾਅਦ 103 ਬਟਾਲੀਆਂ ਨੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਪੁਲਿਸ ਨੇ ਅਤੇ ਬੀਐਸਐਫ ਨੇ ਸਾਂਝਾ ਆਪਰੇਸ਼ਨ ਚਲਾਇਆ ਅਤੇ ਡਰੋਨ ਬਰਾਮਦ ਕੀਤਾ ਦੱਸਣਯੋਗ ਹੈ ਕਿ ਆਏ ਦੇ ਨਹੀਂ ਅਜਈਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਬੀਐਸਐਫ ਅਤੇ ਪੁਲਿਸ ਦੇ ਵੱਲੋਂ ਸਾਂਝੇ ਆਪਰੇਸ਼ਨ ਚੁਲਾਏ ਜਾਂਦੇ ਨੇ ਤੇ ਅਜਿਹੇ ਡਰੋਨ ਬਰਾਮਦ ਕੀਤੇ ਜਾਂਦੇ ਨੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਜਿ ਕਰੀ ਹੋ ਗਿਆ ਕਿ ਆਇਦੇਨੀ ਡਰੋਨਾਂ ਦੇ ਰਾਹੀਂ ਨਸ਼ਾ ਤੇ ਹਥਿਆਰ ਵੀ ਭਾਰਤ ਵੱਲੇ ਪਾਸੇ ਭੇਜੇ ਜਾਂਦੇ ਨੇ ਪੰਜਾਬ ਦੇ ਜਰੀਏ ਇਹਨਾਂ ਡਰੋਨਾਂ ਨੂੰ ਭੇਜਿਆ ਜਾਂਦਾ ਹੈ ਪੰਜਾਬ ਦੇ ਵਿੱਚ ਇਹ ਡਰੋਨ ਆਇਦੇਨੀ ਬਰਾਮਦ ਹੁੰਦੇ ਨੇ ਜੋ ਕਿ ਇੱਕ ਸਿਰਦਰਦੀ ਵੀ ਬਣ ਚੁੱਕੇ ਨੇ ਪਰ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਹਰ ਨਹੀਂ ਆ ਰਿਹਾ ਨਸ਼ਾ ਤਸਕਰਾਂ ਦਾ ਇਹ ਜਿਹੜਾ ਕਾਰੋਬਾਰ ਹੈ ਉਹ ਲਗਾਤਾਰ ਚੱਲ ਰਿਹਾ ਹੈ ਡਰੋਨਾਂ ਦੇ ਰਾਹੀਂ ਉਹ ਡਰਗ ਪੰਜਾਬ ਦੇ ਵਿੱਚ ਭੇਜਦੇ ਨੇ